ਜਿਹੜੇ ਕਿਸਾਨ ਆ ਉਹ ਟਰੈਕਟਰ ਟਰੋਲੀਜ਼ ਅਤੇ ਜੇ ਸੀ ਬੀ ਲੈ ਕੇ ਆਉਂਦੇ ਆ, ਉਹ ਪੁਰਾਣੀ ਫੋਟੋਆਂ ਸਾਈਟ ਕੀਤੀ ਜਿਵੇਂ ਸਟੇਟ ਦੀ ਇੱਧਰ ਇੱਧਰ ਕੰਟੈਂਸ਼ਨ ਸੀਗੀ ਜਿਹੜੀ ਇਹ ਗੱਲ ਮੰਗਾਂ ਇਹਨਾਂ ਦੀ ਹੈਗੀ ਆ, ਅਤੇ ਇਹਨਾਂ ਦੀ ਗੱਲਾਂ ਤੁਸੀਂ ਸੁਣਦੇ ਕਿਉਂ ਨਹੀਂ? ਇੰਨੇ ਮਹੀਨੇ 6 ਮਹੀਨੇ ਹੋਏ, ਤੁਸੀਂ ਰੋਡ ਬਲੋਕ ਤਾਂ ਕਰ ਲਿਆ ਪਰ ਇਹਦੇ ਨਾਲ ਡਾਇਲੋਗ ਕਿਉਂ ਨਹੀਂ ਕੀਤਾ? ਕਿਸਾਨਾਂ ਦੀ ਗੱਲ ਨਿਰਪੱਖ ਰੱਖਣ ਵਾਸਤੇ ਇੱਕ ਇੰਡੀਪੈਂਡੈਂਟ ਕਮੇਟੀ ਦਾ ਗਠਨ ਹੋਇਆ ਸੁਪਰੀਮ ਕੋਰਟ ਦੁਆਰਾ, ਅਤੇ ਉਹਦੇ ਵਿੱਚ ਮੈਂਬਰ ਪੰਜਾਬ ਅਤੇ ਹਰਿਆਣਾ ਵੀ ਆਪਣੇ ਮੈਂਬਰ ਭੇਜ ਸਕਦਾ ਆ, ਅਤੇ ਪੰਜਾਬ ਐਂਡ ਹਰਿਆਣਾ ਆਪਣੇ ਮੈਂਬਰ ਭੇਜੂਗਾ, ਅਤੇ ਇਹ ਟੋਟਲ ਇੰਪਾਰਸ਼ਲ ਕਮੇਟੀ ਹੋਊਗੀ, ਅਤੇ ਕਿਸਾਨਾਂ ਦੀ ਗੱਲ ਉੱਥੇ ਪੂਰੀ ਤਰ੍ਹਾਂ ਜਿਹੜੀ ਵੀ ਮੰਗਾਂ ਆ ਉੱਥੇ ਰੱਖੀ ਜਾਵਾਂਗੀ। ਅਤੇ ਪ੍ਰਪੋਜ਼ਲ 'ਚ ਯਾਦ ਆ ਜਿਵੇਂ ਹੋਊਗਾ ਇਹ ਐਮਰਜੈਂਟ ਵਹੀਕਲ ਵੇ ਜਾਂ ਫਿਰ ਜਿਹੜੇ ਅਸੈਂਸ਼ੀਅਲ ਵਹੀਕਲ ਆ ਉਹਨਾਂ ਵਾਸਤੇ ਖੁੱਲੂਗਾ, ਅਤੇ ਫੇਸਡ ਮੈਨਰ 'ਚ ਅਸੀਂ ਇਹਨੂੰ ਖਿਲਾ ਦੇਂਗੇ ਵਿਦਿਨ 15-20 ਦਿਨਾਂ 'ਚ ਖਿਲਾ ਦੇਣਾ। ਚੰਬੂ ਬਾਰਡਰ ਨੂੰ ਖੋਲ੍ਹਣ ਦਾ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਗਿਆ ਸੀ, ਅਤੇ ਉਸ ਤੋਂ ਬਾਅਦ ਲਗਾਤਾਰ ਸੁਣਵਾਈਆਂ ਚੱਲ ਰਹੀਆਂ ਸਨ, ਅਤੇ ਅੱਜ ਇਸ ਮਾਮਲੇ ਦੇ ਉੱਤੇ ਸੁਣਵਾਈ ਹੋਈ ਹੈ। ਐਡਵੋਕੇਟ ਉਦੇ ਪ੍ਰਤਾਪ ਸਰ ਨਾਲ ਮੌਜੂਦ ਆ, ਗੱਲਬਾਤ ਕਰਾਂਗੇ। ਉਦੇ ਅੱਜ ਕੀ ਕੁਝ ਖਾਸ ਰਿਹਾ ਇਸ ਪੂਰੀ ਸੁਣਵਾਈ ਦੇ ਵਿੱਚ? ਜੀ, ਅੱਜ ਸੁਪਰੀਮ ਕੋਰਟ 'ਚ ਸੋਲਿਸਟਰ ਜਨਰਲ ਸਾਹਿਬ ਨੇ ਬਹਿਸ ਕੀਤੀ, ਅਤੇ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਜਿਹੜੇ ਕਿਸਾਨ ਆ ਉਹ ਟਰੈਕਟਰ ਟਰੋਲੀਜ਼ ਅਤੇ ਜੇ ਸੀ ਬੀ ਲੈ ਕੇ ਆਉਂਦੇ ਆ, ਉਹ ਪੁਰਾਣੀ ਫੋਟੋਆਂ ਸਾਈਟ ਕੀਤੀ ਜਿਵੇਂ ਸਟੇਟ ਦੀ ਇੱਧਰ ਇੱਧਰ ਕੰਟੈਂਸ਼ਨ ਸੀਗੀ, ਅਤੇ ਉਹਦੇ ਉੱਤੇ ਜੱਜ ਸਾਹਿਬ ਨੇ ਕਿਹਾ ਵੀ ਤੁਸੀਂ ਜਿਹੜੀ ਇਹ ਗੱਲ ਮੰਗਾਂ ਇਹਨਾਂ ਦੀ ਹੈਗੀ ਆ, ਅਤੇ ਇਹਨਾਂ ਦੀ ਗੱਲਾਂ ਤੁਸੀਂ ਸੁਣਦੇ ਕਿਉਂ ਨਹੀਂ? ਇੰਨੇ ਮਹੀਨੇ 6 ਮਹੀਨੇ ਹੋਏ, ਤੁਸੀਂ ਰੋਡ ਬਲੋਕ ਤਾਂ ਕਰ ਲਿਆ ਪਰ ਇਹਦੇ ਨਾਲ ਡਾਇਲੋਗ ਕਿਉਂ ਨਹੀਂ ਕੀਤਾ? ਅਤੇ ਇਹਦੇ ਉੱਤੇ ਓਨਰੇਬਲ ਸੁਪਰੀਮ ਕੋਰਟ ਨੇ ਇਟਸੈਲਫ ਇੱਕ ਕਮੇਟੀ ਕੰਸਟੀਟਿਊਟ, ਇੰਡੀਪੈਂਡੈਂਟ ਕਮੇਟੀ ਕੰਸਟੀਟਿਊਟ ਕਰਨ ਦੀ ਗੱਲ ਕੀਤੀ ਹੈ, ਜਿਹੜੀ ਕਿਸਾਨਾਂ ਦੀ ਵੀ ਗੱਲ ਰੱਖੂਗੀ ਅਤੇ ਸਰਕਾਰ ਦੀ ਵੀ ਰੱਖੂਗੀ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ, ਕੋਈ ਵੀ ਡੈਮੋਕ੍ਰੇਸੀ 'ਚ ਕੋਈ ਵੀ ਮੁੱਦਾ ਹੁੰਦਾ, ਕੋਈ ਵੀ ਡਿਸਪਿਊਟ ਹੁੰਦਾ, ਉਹ ਰਿਜ਼ੋਲਵ ਹੁੰਦਾ ਆ ਬਾਏ ਵੇ ਆਫ ਡਾਇਲੋਗ, ਅਤੇ ਉਸ ਡਾਇਲੋਗ ਵਾਸਤੇ ਕਿਸਾਨਾਂ ਦੀ ਗੱਲ ਨਿਰਪੱਖ ਰੱਖਣ ਵਾਸਤੇ ਇੱਕ ਇੰਡੀਪੈਂਡੈਂਟ ਕਮੇਟੀ ਦਾ ਗਠਨ ਹੋਇਆ ਸੁਪਰੀਮ ਕੋਰਟ ਦੁਆਰਾ, ਅਤੇ ਉਹਦੇ ਵਿੱਚ ਮੈਂਬਰ ਪੰਜਾਬ ਅਤੇ ਹਰਿਆਣਾ ਵੀ ਆਪਣੇ ਮੈਂਬਰ ਭੇਜ ਸਕਦਾ ਆ ਟੂ ਬਰਿੰਗ ਇੰਪਾਰਸ਼ੈਲਿਟੀ। ਅਤੇ ਦੂਜਾ, ਇਸ ਔਰਡਰ 'ਤੇ ਤਾਂ ਸਾਡੇ 'ਤੇ ਖਿਲਾਉਣ ਵਾਲੇ 'ਤੇ ਕੋਈ ਸਟੇਅ ਲੱਗੀ ਨਹੀਂ ਹੈ, ਬਟ ਬਸ ਇਹ ਸਟੇਟਸ ਕੋ ਦਾ ਔਰਡਰ ਹੋਇਆ ਵੀ ਜਿਵੇਂ ਸਿਚੁਏਸ਼ਨ ਹੈਗੀ ਆ ਉਵੇਂ ਮੇਨਟੇਨ ਕਰਕੇ ਰੱਖੋ ਫੋਰ ਇੱਕ ਹਫ਼ਤੇ ਵਾਸਤੇ, ਅਤੇ ਨੈਕਸਟ ਡੇਟ ਲਾਈ ਹੈ ਵੈਡਨਸਡੇ ਦੀ ਓਨਰੇਬਲ ਸੁਪਰੀਮ ਕੋਰਟ ਨੇ। ਅਤੇ ਇੱਕ ਗੱਲ, ਜਦੋਂ ਉਹਨਾਂ ਨੇ ਕਿਹਾ ਵੀ ਇਹ ਇਹੋ ਜਿਹੇ ਵਹੀਕਲ ਲੈ ਕੇ ਆ ਰਹੇ ਹਾਂ ਜਾਂ ਇਹ ਅੱਗੇ ਦਿੱਲੀ ਆ ਕੇ ਸਾਰਾ ਲੋਅ ਐਂਡ ਆਰਡਰ ਖਰਾਬ ਹੋ ਜਾਏਗਾ, ਇਸ ਗੱਲ 'ਤੇ ਜੱਜ ਸਾਹਿਬ ਨੇ ਕਿਹਾ ਵੀ ਇਹਨਾਂ ਦੇ ਰਾਈਟ ਵੀ ਹੈਗੇ ਆ, ਅਤੇ ਤੁਸੀਂ ਇਹਨੂੰ ਫੇਸਡ ਮੈਨਰ 'ਚ ਖੋਲ੍ਹਣ ਦਾ ਵੀ ਕੰਮ ਸ਼ੁਰੂ ਕਰੋ, ਆਪਣਾ ਪ੍ਰਪੋਜ਼ਲ ਲੈ ਕੇ ਆਓ ਦੋਨੋਂ ਸਟੇਟ ਆਫ ਪੰਜਾਬ ਐਂਡ ਅਤੇ ਹਰਿਆਣਾ। ਇਸ ਦੇ ਨਾਲ ਜਿਸ ਤਰ੍ਹਾਂ ਅਸੀਂ ਪਹਿਲਾਂ ਦੇਖਿਆ ਸੀ ਕਿ ਜਿਹੜੀ ਉਹ ਕਮੇਟੀ ਬਣਾਉਣ ਦੀ ਪਹਿਲਾਂ ਵੀ ਗੱਲ ਹੋਈ ਸੀ, ਪਰ ਉਸ ਦੇ ਵਿੱਚ ਕਿਹਾ ਗਿਆ ਸੀ ਕਿ ਹਰਿਆਣਾ ਦੇ ਜਿਹੜੇ ਮੈਂਬਰ ਲਏ ਜਾਣਗੇ, ਪਰ ਇੱਕ ਇਸ ਦੇ ਵਿੱਚ ਕਹਿ ਸਕਦੇ ਜਿੱਤ ਵੀ ਹੋਈ ਆ ਕਿਸਾਨਾਂ ਦੀ ਕਿ ਦੋਹਾਂ ਧਿਰਾਂ ਦੀ ਇੰਡੀਪੈਂਡੈਂਟ ਮੈਂਬਰਸ ਦੀ ਕਮੇਟੀ ਬਣੇਗੀ। ਜੀ ਜੀ, ਸੁਪਰੀਮ ਕੋਰਟ ਉਹਦੀ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਬਣੂਗੀ, ਅਤੇ ਪੰਜਾਬ ਐਂਡ ਹਰਿਆਣਾ ਆਪਣੇ ਮੈਂਬਰ ਭੇਜੂਗਾ, ਅਤੇ ਇਹ ਟੋਟਲ ਇੰਪਾਰਸ਼ਲ ਕਮੇਟੀ ਹੋਊਗੀ, ਅਤੇ ਕਿਸਾਨਾਂ ਦੀ ਗੱਲ ਉੱਥੇ ਪੂਰੀ ਤਰ੍ਹਾਂ ਜਿਹੜੀ ਵੀ ਮੰਗਾਂ ਆ ਉੱਥੇ ਰੱਖੀ ਜਾਵਾਂਗੀ। ਹੁਣ ਇਹ ਗੇਟ ਜਿਹੜਾ ਇਹ ਕਿਹਾ ਗਿਆ ਸੀ ਪਹਿਲਾਂ ਵੀ ਕਿ ਬਾਰਡਰ ਖੋਲ੍ਹਿਆ ਜਾਵੇਗਾ, ਹੁਣ ਕਿੰਨਾ ਕੁ ਸਮਾਂ ਹੋਰ ਲੱਗ ਸਕਦਾ ਇਸ ਨੂੰ ਖੋਲ੍ਹਣ ਦੇ ਵਿੱਚ? ਬਸ ਅਗਲੀ ਨੈਕਸਟ ਡੇਟ ਦੀ ਵੇਟ ਹੈ, ਉਹਦੇ ਵਿੱਚ ਪ੍ਰਪੋਜ਼ਲ ਲੈ ਕੇ ਆਉਣਗੇ ਇਹ, ਉਸ ਪ੍ਰਪੋਜ਼ਲ ਨੂੰ ਅਸੀਂ ਰਿਬੱਟ ਕਰ ਦੇਣਗੇ। ਫਿਰ ਪ੍ਰਪੋਜ਼ਲ 'ਚ ਯਾਦ ਆ ਜਿਵੇਂ ਹੋਊਗਾ ਇਹ ਐਮਰਜੈਂਟ ਵਹੀਕਲ ਵੇ ਜਾਂ ਫਿਰ ਜਿਹੜੇ ਅਸੈਂਸ਼ੀਅਲ ਵਹੀਕਲ ਆ ਉਹਨਾਂ ਵਾਸਤੇ ਖੁੱਲੂਗਾ, ਅਤੇ ਫੇਸਡ ਮੈਨਰ 'ਚ ਅਸੀਂ ਇਹਨੂੰ ਖਿਲਾ ਦੇਂਗੇ ਵਿਦਿਨ 15-20 ਦਿਨਾਂ 'ਚ ਖਿਲਾ ਦੇਣਾ। ਅਤੇ ਹੁਣ ਅਗਲੀ ਸੁਣਵਾਈ ਕਦੋਂ ਹੋਵੇਗੀ ਇਸ ਮਾਮਲੇ ਦੇ ਵਿੱਚ? ਵੈਡਨਸਡੇ ਹੈ ਜੀ, ਨੈਕਸਟ ਵੈਡਨਸਡੇ। ਬਿਲਕੁਲ, ਹੁਣ ਇਸ ਕੇਸ ਦੇ ਵਿੱਚ ਜੋ ਇੱਕ ਨਵੀਂ ਕੜੀ ਸਾਹਮਣੇ ਆਈ ਹੈ ਕਿ ਹੁਣ ਸੁਪਰੀਮ ਕੋਰਟ ਦੇ ਵੱਲੋਂ ਇੱਕ ਪਹਿਲਾਂ ਤਾਂ ਨਵੀਂ ਡੇਟ ਦੇ ਦਿੱਤੀ ਗਈ, ਉਸ ਦੇ ਨਾਲ ਇੱਕ ਕਮੇਟੀ ਬਣਾਉਣ ਦੀ ਗੱਲ ਕੀਤੀ ਹੈ ਕਿ ਇੱਕ ਇੰਡੀਪੈਂਡੈਂਟ ਕਮੇਟੀ ਬਣਾਈ ਜਾਵੇ, ਤਾਂ ਕਹਿ ਸਕਦੇ ਹਾਂ ਕਿ ਇੱਕ ਪਾਸੇ ਇੱਕ ਰਾਹ ਪਹਿਲਾਂ ਖੋਲ੍ਹਣ ਦੀ ਗੱਲ ਹੋਈ ਸੀ, ਹਾਈ ਕੋਰਟ ਦੇ ਵਿੱਚ ਮਾਮਲਾ ਗਿਆ ਸੀ, ਉਸ ਹੁਕਮ ਨੂੰ ਸੁਪਰੀਮ ਕੋਰਟ ਦੇ ਵਿੱਚ ਚੈਲੰਜ ਕੀਤਾ ਗਿਆ ਸੀ, ਉਸ ਚੁਣੌਤੀ ਤੋਂ ਬਾਅਦ ਹੁਣ ਇੱਕ ਵਾਰ ਸੁਪਰੀਮ ਕੋਰਟ ਨੇ ਰਾਸਤਾ ਖੋਲ੍ਹਣ ਨੂੰ ਜਿਹੜਾ ਹੈ ਰੋਕ ਲਗਾ ਦਿੱਤੀ ਹੈ, ਪਰ ਦੂਜੇ ਪਾਸੇ ਇਹ ਕਿਹਾ ਹੈ ਕਿ ਹੌਲੀ ਹੌਲੀ ਉਸ ਰਾਸਤੇ ਨੂੰ ਜਿਹੜਾ ਹੈ ਖੋਲ੍ਹਿਆ ਜਾਵੇਗਾ, ਤਾਂ ਹੁਣ ਦੇਖਣਾ ਹੋਵੇਗਾ ਕਿ
ਅਗਲੀ ਸੁਣਵਾਈ ਦੇ ਵਿੱਚ ਮਾਨਯੋਗ ਸੁਪਰੀਮ ਕੋਰਟ ਦਾ ਕੀ ਫੈਸਲਾ ਸਾਹਮਣੇ ਆਉਂਦਾ ਹੈ। ਵੀਡੀਓ ਜਰਨਲਿਸਟ ਲਾਲਤਾ ਪ੍ਰਸ਼ਾਦ ਦੇ ਨਾਲ ਇੰਦਰ ਸਿੱਧੂ, ABP ਸਾਂਝਾ, ਪੰਜਾਬ ਹਰਿਆਣਾ, ਹਾਈ ਕੋਰਟ।